ਕਲਾਸ ਨੂੰ ਜਿਸ ਟਾਈਮ ਲਈਏ ਜਿਹੜੇ ਪੇਜ ਪੜੇ ਨੇ 4 5 ਹੁਣ ਇਸ ਕਲਾਸ ਵਿੱਚ ਤੁਸੀਂ ਉਹਨਾਂ ਨੂੰ ਫੇਰਾ ਦਿਓ ਰਿਵਾਈਜ਼ ਕਰੋ ਔਰ ਉਸ ਵਕਤ ਤੱਕ ਉਸ ਪੇजेस ਨੂੰ ਲੱਗੇ ਰੋ ਜਦ ਤੱਕ ਸਾਰੇ ਗ੍ਰੀਨ ਨਾ ਹੋ ਜਾਣ ਇੱਕ ਕੰਮ ਦੂਸਰਾ ਕੰਮ ਇਹ ਕਿ ਜਿਹੜਾ ਪਿਛਲਾ ਚੈਪਟਰ ਤੁਹਾਡਾ ਖਤਮ ਹੋਇਆ ਹੈ ਮਸਲ ਚੈਪਟਰ ਨੰਬਰ 7 ਦਾ ਅੱਜ ਤੁਸੀਂ ਪੇਜ ਪੜੇ ਨੇ 6 ਨੰਬਰ ਚੈਪਟਰ ਨੂੰ ਕੱਲੇ ਨੂੰ ਰੋਜ਼ ਫੇਰਾ ਦੇਣਾ ਕਰ ਉਹਦੇ ਕੱਲੇ ਨੂੰ ਸਿਲੈਕਟ ਕਰਕੇ ਉਹਦੇ 40 ਸਵਾਲ ਕਰੋ 2 3 ਸਕੇ ਦੇ ਕਰੋ ਐਂਚੜੀਆਂ ਚੜੀਆਂ ਵਾਲੇ ਦੋ ਕੰਮ ਹੋ ਗਏ ਤੀਸਰੀ ਰਿਵੀਜ਼ਨ ਕਿ ਪੁਰਾਣੇ ਚੈਪਟਰ ਜਿੰਨੇ ਹੁਣ ਤੱਕ ਤੁਸੀਂ ਪੜ ਚੁੱਕੇ ਹੋ ਮੇਰੇ ਨਾਲ ਉਹਨਾਂ ਨੂੰ ਕਾਪੀ ਤੇ ਲਿਖਿਆ ਕਰੋ ਕਿ ਮੈਂ ਜੀ ਅਲੀ ਭਾਈ ਨਾਲ ਚੈਪਟਰ ਨੰਬਰ 6 7 8 9 ਪੜ ਲਿਆ ਹੁਣ ਮੈਂ 10 ਤੇ ਪਹੁੰਚੇ ਹਾਂ ਤੇ ਤੁਸੀਂ ਕਰਨਾ ਕੀ ਹੈ ਕਿ 10 ਨੰਬਰ ਚੈਪਟਰ ਦੀ ਜਿਹੜੇ ਪੇਜ ਪੜੇ ਉਹਨਾਂ ਨੂੰ ਰਿਵਾਈਜ਼ ਕਰੋ ਔਰ ਪਿਛਲਾ 9 ਨੰਬਰ ਚੈਪਟਰ ਕੱਲੇ ਦੇ ਸਕੇ ਦੇ ਕਰੋ ਔਰ ਪੁਰਾਣੇ ਚੈਪਟਰ 6 8 9 ਉਹਨਾਂ ਨੂੰ ਇਕੱਠਿਆਂ ਕਰ ਤੇ ਨਰਵੀਜਨਾ ਕਰੋ ਫਿਰ ਹੁਣ ਤੁਸੀਂ 11 ਨੰਬਰ ਚੈਪਟਰ ਚ ਪਹੁੰਚ ਗਏ 9 ਨੂੰ ਛੱਡ ਕੇ ਹੁਣ 10 ਨੂੰ ਪਕੜ ਲਓ 10 ਨੰਬਰ ਚੈਪਟਰ ਦੇ ਰੋਜ਼ ਕੱਲੇ ਦੇ ਸਕੇਦੇ ਔਰ ਪੁਰਾਣੇ ਚੈਪਟਰ ਜਿਹੜੇ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਸਕੇਦੇ ਔਰ ਇੱਕ ਜਿਹੜੀ ਤਾਜ਼ਾ ਕਲਾਸ ਲਈਏ ਇਸ ਤਾਜ਼ਾ ਕਲਾਸ ਦੇ ਦੇ ਪੇਜ ਜਿਹੜੇ 4-5 ਪੜ੍ਹੇ ਇਹ ਤਿੰਨ ਰਵੀਜਨਾ ਕਰੋਗੇ ਤੇ ਤੁਸੀਂ ਛਾਜੋਗੇ ਠੀਕ ਹੈ ਤੇ ਫਿਰ ਇਨਸ਼ਾਅੱਲਾ ਆਖਰੀ ਚੈਪਟਰ ਕੀ ਮੈਂ ਸਮਝਣਾ 24 ਚੈਪਟਰ ਨਾ ਤੁਹਾਡੇ ਤਕਰੀਬਨ 20 22 ਚੈਪਟਰ ਹੋਣੇ ਨੇ ਤੇ ਤੁਹਾਡੀਆਂ ਗਲਤੀਆਂ ਜ਼ੀਰੋ ਐ ਜ਼ੀਰੋ ਚਲੋ ਨਾ ਵੀ ਆਵਣ ਖੈਰ 3 4 5 2 3 4 ਇੱਥੇ ਤੁਸੀਂ ਪਹੁੰਚਣਾ ਹੈ ਔਰ ਤੁਸੀਂ ਰੈਡੀ ਹੋ ਇੰਤਿਹਾਨ ਵਾਸਤੇ ਇਸ ਤਰੀਕੇ ਨਾਲ ਰਿਵੀਜ਼ਨ ਬਹੁਤ ਥੋੜਾ ਕਰਦੇ ਨੇ ਤੇ ਕੋਸ਼ਿਸ਼ ਕਰੋ ਮੈਂ ਤੇ ਕਹਿੰਦਾ ਕਦੀ ਸਟੂਡੈਂਟਸ ਤੁਸੀਂ ਇਹਨੂੰ ਲਵੋਰੋ ਬਣਾ ਕੇ ਨਾ ਜੌਬ ਨਹੀਂ ਜਿਵੇਂ ਕਰਦੇ ਪਤਾ 8 ਘੰਟੇ ਤੁਸੀਂ ਕਿੰਨਾ ਪੂਰੀ ਤਵੱਜਹ ਦੇ ਨਾਲ ਟਾਈਮ ਦਿੰਦੇ ਹੋ ਡਿਊਟੀ ਕਰਦੇ ਹੋ ਅਗਰ ਤੁਸੀਂ ਇਹਨੂੰ ਜੌਬ ਸਮਝ ਕੇ ਕਰੋ ਨਾ ਪਤੰਤੇ ਛੱਡ ਕੰਮ ਵੀ ਅੱਲਾ ਨਾ ਕਰੇ ਜੇ ਕੰਮ ਤੁਹਾਡਾ ਇੰਜ ਦਾ ਟੈਂਪਰੇਰੀ ਜਿਆ ਤੇ ਛੱਡ ਵੀ ਦਿਓ ਖੈਰ ਹੀ ਏ ਉਹ 2 ਮਹੀਨਿਆਂ ਨੂੰ ਕੰਮ ਬਣਾ ਲਵੋ ਇਹਨੂੰ ਜੌਬ ਬਣਾ ਲਵੋ 2 ਮਹੀਨੇ ਵੀ ਮੈਂ ਸਮੇਂ ਨਾਲ ਜ਼ਿਆਦਾ ਨਹੀਂ ਮੇਰੀ ਪੜ੍ਹਾਈ ਹੋਵੇ ਕਦੀ ਇੰਜ 8 ਘੰਟੇ 100% ਹੋ ਕੇ ਮੇਰੇ ਪਤੰਤੇ ਨੂੰ ਦਿਓ ਮੈਂ ਸਮਝਦਾ ਕਿ ਡੇਢ ਮਹੀਨੇ ਤੁਸੀਂ ਪਾਸ 100%